ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ Harika Job Alert ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਜਦੋਂ ਕਿ ਭਰਤੀ ਦਾ ਨੋਟੀਫਿਕੇਸ਼ਨ ਆਉਂਦਾ ਤੇ ਉਹਦੀ ਜਾਣਕਾਰੀ ਆਪਾਂ ਤੁਹਾਡੇ ਤੱਕ ਪਹੁੰਚਾਉਨੇ ਆ ਤਾਂ ਅੰਦਰੋਂ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਬੜਾ ਸਕੂਨ ਆਉਂਦਾ ਕਿ ਨਵੀਂ ਭਰਤੀ ਆ ਚੁੱਕੀ ਆ ਨੌਜਵਾਨ ਹੁਣ ਜਿਹੜਾ ਭਰਤੀ ਦੇ ਲਈ ਤਿਆਰੀ ਆਪਣੀ ਕਰਨਗੇ ਤਾਂ ਦੋਸਤੋ ਇਸੇ ਸਬੰਧ ਦੇ ਵਿੱਚ ਨਵੀਂ ਭਰਤੀ ਆਊਟ ਹੋ ਚੁੱਕੀ ਆ ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ ਵੱਲੋਂ ਇਹ ਭਰਤੀ ਆ ਪੀਟਰ ਪਲੱਸ ਬੀ ਦੇ ਥਰੂ ਭਰਤੀ ਆਈ ਹੈ ਇਸ਼ਤਿਹਾਰ 4 ਆਫ 2024 ਜਿਹੜਾ ਜਾਰੀ ਹੋ ਚੁੱਕਿਆ ਹੈ ਇਸ ਤੇ ਪੀਟਰ ਪਲੱਸ ਬੀ ਦਾ ਤਾਂ ਸਥਾਨਕ ਸਰਕਾਰ ਵਿਭਾਗ ਦੋਸਤੋ ਲੋਕਲ ਗਵਰਨਮੈਂਟ ਡਿਪਾਰਟਮੈਂਟ ਜਿਹੜਾ ਹੁੰਦਾ ਉਹਦੀ ਇਹ ਭਰਤੀ ਆ ਤਾਂ ਇਹਦੇ ਵਿੱਚ ਸੀਨੀਅਰ ਸਹਾਇਕ ਕਮ ਇੰਸਪੈਕਟਰ ਰੱਖੇ ਜਾਣੇ ਆ ਗਰੁੱਪ ਬੀ ਦੀ ਇਹ ਭਰਤੀ ਆ 62 ਪੋਸਟਾਂ ਨੇ ਤੇ ਦੋਸਤੋ ਇਹ ਤੁਹਾਨੂੰ ਦੱਸਦਾ ਵੀ ਸੇਮ ਇਹਦੇ ਨਾਲ ਦੀ ਭਰਤੀ ਆਈ ਸੀ ਪਹਿਲਾਂ ਸੀਨੀਅਰ ਸਹਾਇਕ ਕਮ ਇੰਸਪੈਕਟਰ ਦੀ ਤੇ ਉਸ ਤੋਂ ਬਾਅਦ ਉਹਦਾ ਐਗਜ਼ਾਮ ਜਨਵਰੀ ਦੇ ਵਿੱਚ ਹੋਇਆ ਸੀਗਾ ਉਹਦੇ ਨਾਲ ਦੀ ਸੇਮ ਟੂ ਸੇਮ ਇਹ ਡਿਟੋ ਭਰਤੀ ਆ ਤੇ 62 ਪੋਸਟਾਂ ਨੇ ਇਸ ਵਾਰ ਇਹਦੀਆਂ ਤੇ ਇਹਦੇ ਸੰਬੰਧੀ ਜਿਹੜਾ ਡਿਟੇਲਡ ਨੋਟੀਫਿਕੇਸ਼ਨ ਆ ਉਹ ਬੋਰਡ ਦੀ ਵੈਬਸਾਈਟ ਤੇ ਅੱਜ ਜਨਮ ਕੇ 22 ਫਰਵਰੀ 2024 ਨੂੰ ਅਪਲੋਡ ਹੋ ਜਾਣਾ ਜਿਹਦੇ ਵਿੱਚ ਕੁਆਲੀਫਿਕੇਸ਼ਨ ਅਪਲਾਈ ਕਰਨ ਦੀ ਅੰਤਿਮ ਮਿਤੀ ਸ਼ੁਰੂਆਤੀ ਮਿਤੀ ਤਨਖਾਹ ਸਕੇਲ ਉਮਰ ਸੀਮਾ ਸਾਰਾ ਕੁਝ ਹੋਏਗਾ ਵੈਸੇ ਮੈਂ ਤੁਹਾਨੂੰ ਇਹਦਾ ਦੱਸ ਦਿੰਨਾ ਵੀ ਵਿਦਿਅਕ ਯੋਗਤਾ ਦੇ ਲਈ ਇਹਦੇ ਲਈ ਤੁਸੀਂ ਕੋਈ ਵੀ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਵੇ ਠੀਕ ਹੈ ਜੀ ਤਨਖਾਹ ਸਕੇਲੇ ਚ 35-400 ਤੁਹਾਨੂੰ ਮਿਲੇਗਾ ਡਿਊਰਿੰਗ ਪ੍ਰੋਬੇਸ਼ਨ ਤੇ ਉਮਰ ਸੀਮਾ ਤੁਹਾਡੀ 18 ਤੋਂ 37 ਸਾਲ ਜਿਹੜੀ ਹੋਏਗੀ 1 1 2024 ਦੇ ਅਨੁਸਾਰ ਠੀਕ ਹੈ ਜੀ ਇਹ ਇਹਦੀ ਕ੍ਰਾਈਟੇਰੀਆ ਹੈਗਾ ਨੋਟ ਕਰ ਲਓ ਵੀ ਜਿਹਦਾ ਜਿਹਦਾ ਕ੍ਰਾਈਟੇਰੀਆ ਆ ਰਿਹਾ ਉਹ ਫਾਰਮ ਭਰਨ ਲਈ ਤਿਆਰ ਰਹੇ ਉਸ ਤੋਂ ਇਲਾਵਾ ਦੋਸਤੋ ਆਨਲਾਈਨ ਅਪਲੀਕੇਸ਼ਨ ਫਾਰਮ ਨੇ ਜਿਹੜੇ ਇਹਦੇ 29 ਫਰਵਰੀ 2024 ਤੋਂ ਭਰਨੇ ਸਟਾਰਟ ਹੋ ਜਾਣੇ ਆ ਜੀ 29 ਫਰਵਰੀ 2024 ਤੋਂ ਜੀ ਠੀਕ ਹੈ ਜੀ ਤਾਂ ਇਹ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਸੀ ਤੁਹਾਡੇ ਨਾਲ ਸਾਂਝਾ ਕੀਤਾ 올디 베스트 ਸਾਰੇ ਕੈਂਡੀਡੇਟਸ ਨੂੰ ਜਿਹੜੇ ਇਸ ਭਰਤੀ ਦੇ ਲਈ ਤਿਆਰੀ ਕਰਨੀ ਚਾਹੁੰਦੇ ਆ ਜੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸਾਥੀਆਂ ਤੱਕ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਸਕੇ ਕਿ ਨਵੀਂ ਭਰਤੀ ਜਿਹੜੀ ਪੰਜਾਬ ਦੇ ਵਿੱਚ ਆ ਰਹੀ ਆ ਤੇ ਹੁਣ ਨੈਕਸਟ ਨੋਟੀਫਿਕੇਸ਼ਨ ਜਿਹੜਾ ਹੋ ਸਕਦਾ ਵੀ ਜਿਹੜਾ ਕੱਲ ਜਾਂ ਪਰਸੋਂ ਤੱਕ ਉਹ ਪਟਵਾਰੀ ਦਾ ਨੋਟੀਫਿਕੇਸ਼ਨ ਹੋ ਸਕਦਾ ਬਹੁਤ ਉਮੀਦ ਇਹ ਸਿੱਧੀ ਲਗਾਈ ਜਾ ਰਹੀ ਹੈ ਪੂਰੀ ਪੂਰੀ ਉਮੀਦ ਲਗਾਈ ਜਾ ਰਹੀ ਹੈ ਵੀ ਪਟਵਾਰੀ ਦਾ ਨੋਟੀਫਿਕੇਸ਼ਨ ਜਿਹੜਾ ਹੁਣ ਆ ਜਾਣਾ ਠੀਕ ਹੈ ਜੀ ਤਾਂ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਹੀ ਜਾਣਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੁੰਦਾ ਤੇ ਨੋਟੀਫਿਕੇਸ਼ਨ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜੇਗਾ ਟੈਲੀਗ੍ਰam ਚੈਨਲ ਜੁਆਇਨ ਨਹੀਂ ਕੀਤਾ ਲਿੰਕ ਡਿਸਕ੍ਰਿਪਸ਼ਨ 'ਚ ਜਾ ਜੁਆਇਨ ਕਰ ਲਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ